Hey guys, subscribe and press the bell icon to never miss a video from Gabru. Parmeesh Verma Punjabi industry de eho jahe extraordinary and well talented artist ne jinhane Punjabi gaanya de naal naal Rocky Mental wargi super hit film vi ditti hai. ਅਤੇ ਕੁਝ ਦਿਨ ਪਹਿਲਾਂ ਅਸੀਂ ਪਰਮੇਸ਼ ਵਰਮਾ ਦੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਪਰਮੇਸ਼ ਵਰਮਾ ਨੇ ਦੱਸਿਆ ਸੀ ਕਿ ਉਹਨਾਂ ਨੇ ਆਪਣੇ ਮਦਰ ਦੇ ਸਟੱਡੀ ਰੂਮ ਦੇ ਵਿੱਚ ਇੱਕ ਨਹੀਂ ਬਲਕਿ ਤਿੰਨ ਗਾਣੇ ਰਿਕਾਰਡ ਕੀਤੇ ਨੇ ਅਤੇ ਪਰਮੇਸ਼ ਵਰਮਾ ਆਪਣੇ ਇਹਨਾਂ ਤਿੰਨ ਹੋਮਮੇਡ ਗਾਣਿਆਂ ਦੇ ਵਿੱਚੋਂ ਇੱਕ ਗਾਣਾ ਜਲਦ ਹੀ ਰਿਲੀਜ਼ ਕਰਨ ਵਾਲੇ ਨੇ ਵੈਲ ਜੀ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੀ ਹੈ ਪਰਮੇਸ਼ ਵਰਮਾ ਦੀ ਇੰਸਟਾ ਸਟੋਰੀ ਜਿਹੜੀ ਕਿ ਉਹਨਾਂ ਨੇ 뮤직 ਡਾਇਰੈਕਟਰ MV ਦੇ ਨਾਲ ਸ਼ੇਅਰ ਕੀਤੀ ਹੈ ਪਰਮੇਸ਼ ਵਰਮਾ ਆਪਣੇ ਇਸ ਆਉਣ ਵਾਲੇ ਗਾਣੇ ਦੇ ਲਈ ਇੰਨੀ ਜ਼ਿਆਦਾ ਕੜੀ ਮਿਹਨਤ ਕਰ ਰਹੇ ਨੇ ਕਿ ਉਹਨਾਂ ਨੇ ਇਹਨਾਂ ਵੀਡੀਓਜ਼ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਉਹ ਸਵੇਰੇ 4:30 ਵਜੇ ਉੱਠ ਕੇ ਇਸ ਗਾਣੇ ਦੀ ਡਬਿੰਗ ਕਰ ਰਹੇ ਨੇ ਹਾਵ ਅ ਲੁੱਕ ਸਾਥ ਇੱਕ ਔਰ ਹੋਮ ਸਟੂਡੀਓ ਕੀ ਇੱਕ ਨਸ਼ੀਲੀ ਰਾਤ ਸਮਾਪਤ ਹੋਈ MV ਦਾ ਬਲੈਕ ਮੌਨਸਟਰ ਫੋਲੋਅਰ ਵਧੀਆ ਹੁੰਦੇ ਮੁੰਡੇ ਦੇ ਫੋਲੋਅਰ ਵਧ ਰਹੇ ਨੇ ਦੇਖ ਲਓ ਠੀਕ ਆ ਉਹ ਠੀਕ ਆ ਤੇਰੀ ਕਾਲੂ ਨਜ਼ਾਰੇ ਕਾਲੂ ਨਜ਼ਾਰੇ ਜਾਈ ਇਸ ਵੇਲੇ 4:30 ਜੀ ਗਾਣੇ ਅਸੀਂ ਡੱਬ ਕਰਕੇ ਹਟਿਆ ਨਵੇਂ ਗਾਣੇ ਬਹੁਤ ਛੇਤੀ ਤੁਹਾਨੂੰ ਅਪਡੇਟ ਦਿੰਦੇ ਹਾਂ ਤੇ ਰੀਲੀ ਐਕਸਾਈਟਡ ਫੋਰ ਦਿਸ ਸੌਂਗ ਤੇ ਲਿਸਟ ਉਹ ਸੌਰੀ ਤੇ ਆਪਣਾ ਅਸੀਂ ਯਾਰ ਮਾਵੀ ਨੂੰ ਬਹੁਤ ਮਿਸ ਕਰਦੇ ਹਾਂ ਅੱਜ ਕੱਲ੍ਹ ਮੈਂ ਕਾਲੂ ਕਿਹਾ ਨਾ ਹੁਣ ਤੇ ਮੈਨੂੰ ਮਾਵੀ ਯਾਦ ਆ ਸੱਚੀ ਉਹਨੂੰ ਵੀ ਕਾਲੂ ਕਹਿੰਦੇ ਨੇ ਨਾ ਸਾਰੇ ਤੇ ਮੰਮੀ ਉਰੇ ਵਿਚਾਰੇ ਥੱਲੇ ਸੌ ਰਹੇ ਨੇ ਜੀ ਨਵਾਂ ਗਾਣਾ ਲਿਖਿਆ ਬਹੁਤ ਹੀ ਖਾਸ ਬੰਦੇ ਨੇ ਜਿਹਨੂੰ ਤੁਸੀਂ ਸਾਰੇ ਆਲਰੇਡੀ ਜਾਣਦੇ ਹੋ ਉਹਦਾ ਨਾਮ ਹੈ ਲਾਡੀ ਸੋ ਨਵਾਂ ਗਾਣਾ ਜਿਹੜਾ ਆਪਾਂ ਕਰ ਰਹੇ ਹਾਂ ਲਾਡੀ ਨੇ ਲਿਖਿਆ ਤੇ ਦੋਵੇਂ ਲਿਖੀਆਂ ਦੋਵੇਂ ਗਾਣੇ ਲਾਡੀ ਨੇ ਲਿਖੇ ਨੇ ਜੀ ਇਹ ਸਾਡੇ ਲਾਡੀ ਦੀ ਤੇ 뮤직 ਬਾਏ MV ਦਾ ਬਲੈਕ ਕੱਟ ਕੱਠੇ ਬੋਲਣਾ ਠੀਕ ਆ ਦਾ ਬਲੈਕ ਮੌਨਸਟਰ ਵਿੱਚ ਤੂੰ ਹਾਰਮੋਨੀ ਚਾਉਣਾ ਠੀਕ ਆ MV ਦਾ ਬਲੈਕ ਮੌਨਸਟਰ ਇਸ ਗਾਣੇ ਦੇ 뮤직 ਡਾਇਰੈਕਟਰ MV ਜੋ ਕਿ ਪਰਮੇਸ਼ ਵਰਮਾ ਦੇ ਨਾਲ ਉਹਨਾਂ ਦੇ ਰੀਸੈਂਟਲੀ ਰਿਲੀਜ਼ ਹੋਏ ਗਾਣੇ ਰੋਂਦੀ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਉੱਥੇ ਪਰਮੇਸ਼ ਵਰਮਾ ਨੇ ਇਹਨਾਂ ਵੀਡੀਓਜ਼ ਦੇ ਵਿੱਚ MV ਬਾਰੇ ਕੁਝ ਸੀਕ੍ਰੇਟਸ ਵੀ ਰਿਵੀਲ ਕੀਤੇ ਨੇ ਹਾਵਾ ਲੋਕ ਹੋਰ ਬੰਦੇ ਸਟੂਡੀਓ 'ਚ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਪਦਾਰਥ ਖਾਂਦੇ ਪੀਂਦੇ ਨੇ ਆਹ ਬੰਦਾ ਯਾਰ ਜਦੋਂ ਆਉਂਦਾ ਕਰੇ ਤੇ ਘਰਦੇ ਨਾ 4-5 ਮਸਾਲੇ ਸੋਡੇ ਜੇ ਫਰਿੱਜ 'ਚ ਰੱਖ ਦਿੰਦੇ ਨੇ ਇਹਨੇ ਮਸਾਲੇ ਸੋਡੇ ਵੀ 뮤직 ਬਣਾ ਦੇਣਾ ਹੈਂ ਯਾਰ ਨਵੇਂ ਗਾਣੇ ਦਾ ਪੋਸਟਰ ਤੁਹਾਨੂੰ 2 ਦਿਨਾਂ ਦੇ ਵਿੱਚ ਸ਼ੇਅਰ ਕਰਦੇ ਹਾਂ ਜੀ ਬਹੁਤ ਜਲਦੀ ਅਤੇ ਉਹਦੀ ਰਿਲੀਜ਼ਿੰਗ ਡੇਟ ਦੇ ਨਾਲ ਐਂਡ ਆਈ ਸ਼ੈਲ ਬੀ ਹੋਪਿੰਗ ਦੈਟ ਯੂ ਲਾਈਕ ਦਾ ਸੌਂਗ ਐਂਡ ਓਕੇ ਬਾਏ ਟੇਕ ਕੇਅਰ ਗੁੱਡ ਨਾਈਟ ਦਾ ਬਲੈਕ ਇਨਾ ਹੀ ਨਹੀਂ ਪਰਮੇਸ਼ ਵਰਮਾ ਨੇ ਇਸ ਵੀਡੀਓ ਦੇ ਐਂਡ ਦੇ ਵਿੱਚ ਕਿਹਾ ਹੈ ਕਿ ਉਹ ਜਲਦ ਹੀ ਇਸ ਗਾਣੇ ਦਾ ਪੋਸਟਰ ਅਤੇ ਇਸ ਗਾਣੇ ਦੀ ਬਾਕੀ ਇਨਫੋਰਮੇਸ਼ਨ ਆਪਣੇ ਫੈਨਸ ਅਤੇ ਫੋਲੋਅਰਸ ਦੇ ਨਾਲ ਸ਼ੇਅਰ ਕਰਨਗੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਉਹਨਾਂ ਦੇ ਫੈਨਸ ਅਤੇ ਫੋਲੋਅਰਸ ਨੂੰ ਇਹ ਗਾਣਾ ਉਹਨਾਂ ਦੇ ਬਾਕੀ ਗਾਣਿਆਂ ਦੇ ਵਾਂਗ ਵੀ ਪਸੰਦ ਆਏਗਾ ਵੈਲ ਪਰਮੇਸ਼ ਵਰਮਾ ਜੀ ਇਹੋ ਜਿਹੀ ਗੱਲ ਹੋ ਹੀ ਨਹੀਂ ਸਕਦੀ ਕਿ ਤੁਹਾਡਾ ਕੋਈ ਵੀ ਰਿਲੀਜ਼ ਕੀਤਾ ਹੋਇਆ ਗਾਣਾ ਤੁਹਾਡੇ ਫੈਨਸ ਅਤੇ ਫੋਲੋਅਰਸ ਨੂੰ ਨਾ ਪਸੰਦ ਆਵੇ ਤੇ ਰਹੀ ਇਸ ਗਾਣੇ ਦੀ ਰਿਲੀਜ਼ ਹੋਣ ਦੀ ਗੱਲ ਤਾਂ ਪਰਮੇਸ਼ ਵਰਮਾ ਜੀ ਅਸੀਂ ਤੁਹਾਡੇ ਇਸ ਆਉਣ ਵਾਲੇ ਗਾਣੇ ਦੀ ਈਗਰਲੀ ਵੇਟ ਕਰ ਰਹੇ ਹਾਂ ਔਨ ਦੈਟ ਨੋਟ ਫਰੈਂਡਸ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਪਰਮੇਸ਼ ਵਰਮਾ ਜੀ ਦੇ ਇਸ ਆਉਣ ਵਾਲੇ ਨਵੇਂ ਗਾਣੇ ਬਾਰੇ ਨਾਲ ਹੀ ਤੁਸੀਂ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਇਹ ਵੀ ਦੱਸੋ ਕਿ ਤੁਹਾਡਾ ਕੀ ਕਹਿਣਾ ਹੈ ਪਰਮੇਸ਼ ਵਰਮਾ ਅਤੇ MV ਜੀ ਦੀ ਇੰਨਾ ਫਨੀ ਵੀਡੀਓਜ਼ ਬਾਰੇ ਤੇ ਅਜਿਹੇ ਇੰਟਰਸਟਿੰਗ ਨਿਊਜ਼ ਦੇ ਲਈ ਸਾਡੇ ਗਬਰੀ ਯੂਟਿਊਬ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰੋ ਹੀ ਤੇ ਅਜਿਹੇ ਨਿਊਜ਼ ਦੀ ਨੋਟੀਫਿਕੇਸ਼ਨ ਦੇ ਲਈ ਥੱਲੇ ਦਿੱਤੇ ਗਏ ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ ਐਂਟਰਟੇਨਮੈਂਟ ਦਾ ਦੇਸੀ ਪੰਚ